सड़क हादसे दे विच एक औरत समेत तीन लोग जख्मी हुए हैं, जिन्होंने 108 एम्बुलेंस राही समाणा के सरकारी हस्पताल से इलाज लिए दाखिल कराए गए। हादसा कमासपुर के नेड़े एक नहर दी टूए दी पुली लवी होया, जिस दे विच एक औरत और एक व्यक्ति पहाड़पुर तो कैथल साइड जा रहे थे और एक पिंड का नौजवान से वो फैक्ट्री के काम करने समाणे आ रहे थे। अचानक ये दोनों मोटरसाइकिल टकरा गए, जिस दे विच तीनों लोग जख्मी हुए हैं। ਡਾਕਟਰਾਂ ਵੱਲੋਂ ਉਹਨਾਂ ਦਾ ਮੁੱਢਲਾ ਇਲਾਜ ਕੀਤਾ ਜਾ ਰਿਹਾ ਹੈ, ਸੀਟੀ ਸਕੈਨ ਔਰ ਅਤੇ ਐਕਸਰੇ ਕਰਵਾਏ ਜਾ ਰਹੇ ਹਨ। 108 ਤੇ ਹਾਂਜੀ ਕਮਾਦਪੁਰ ਰੋਡ ਤੇ ਜੀ ਜੀਤ ਨਗਰ ਦੇ ਨਾਲ ਦੇ ਇਹ ਮੋਟਰਸਾਈਕਲ ਤੇ ਦੋ ਬੱਚੇ ਆ ਰਹੇ ਸੀ ਤੇ ਨਾਲੇ ਮਾਲਕ ਜੀ ਦੋ ਜੀ ਇਹਨਾਂ ਦਾ ਆਪ ਟੱਕਰ ਹੋ ਗਈ। ਤੇ ਜਰ ਉਤਾਰ ਕੇ ਦੋਨੋਂ ਹਾਂਜੀ ਅੱਡੇ ਕੋਲ ਕਾਲ ਹੈ ਜੀ 6:15 ਮਿੰਟ ਤੇ। ਮੇਰਾ ਨਾਮ ਗੁਰਪ੍ਰਤਾਪ ਹੈ। ਹਾਂ ਪਿਤਾ ਦਾ ਨਾਮ ਗੁਰਬਾਜ ਸਿੰਘ, ਪਿੰਡ ਕਮਾਸਪੁਰ। ਮੈਂ ਮਣਕੂ ਫੈਕਟਰੀ 'ਚ ਕੰਮ ਤੇ ਲੱਗਿਆ ਸੀ, ਘਰ ਤੋਂ ਕੰਮ ਤੇ ਜਾ ਰਿਹਾ ਸੀ, ਸਮਾਣਾ ਸਾਈਡ ਤੋਂ ਆ ਰਹੇ ਸੀ। ਇਹ ਕਮਾਸਪੁਰ ਤੋਂ ਸਮਾਣਾ ਰੋਡ ਤੇ ਸੂਰ ਆ ਜਾਂਦਾ ਜੀ, ਅਜੀਤ ਨਗਰ ਟਾਪੂ ਉੱਧਰ ਨੂੰ ਆ ਟੁੱਟੇ ਸੂਏ ਕੋਲ। ਹਾਂ ਜੀ ਹਾਂ ਜੀ ਸੂਏ ਤੋਂ ਲੱਗਾ ਮੋੜ ਤੇ ਡੇਰਾ। ਤੁਸੀਂ ਇਕੱਲੇ ਸੀ? ਮੈਂ ਇਕੱਲਾ ਸੀ। ਮੈਂ ਤੁਹਾਡਾ ਰਾਣੀ ਕੋਰ ਹੈ ਜੀ। ਕਿਹੜਾ ਪਿੰਡ ਹੈ? ਪਹਾੜਪੁਰ ਜੀ। ਪਹਾੜਪੁਰ ਤੋਂ ਜੀ ਕੈਥਲ ਨੂੰ ਜਾ ਰਹੇ ਸੀ। ਕੈਥਲ ਜਾ ਰਹੇ ਸੀ? ਹਾਂ ਜੀ। ਇਹ ਤੁਹਾਡੇ ਘਰੋਂ? ਹਾਂ ਜੀ। ਇਹਨਾਂ ਨੇ ਆਲਾ ਗੁਰਜੀਤ ਸਿੰਘ। ਹਾਂ ਜੀ ਪੇਸੀ ਸੀ ਤੇ ਮੋਟਰਸਾਈਕਲ ਆਇਆ ਸੀ। ਮੋਟਰਸਾਈਕਲ ਟੱਕਰ ਲੱਗ ਗਈ। ਹਾਂ ਜੀ। ਜਗਦੀਪ ਸਿੰਘ ਜੀ ਇਹ ਭਤੀਜਾ ਜੀ ਕਹਿੰਦੇ ਪਹਾੜਪੁਰ ਤੋਂ ਇਹ ਕੈਥਲ ਜਾ ਰਹੇ ਸੀਗੇ ਜੀ ਮੋਟਰਸਾਈਕਲ ਨਾਲ ਜੀ। ਉਹ ਵੀ ਬੰਦੇ ਲੈ ਸਟੈਂਡ ਤੋਂ? ਹਾਂ ਜੀ ਹਾਂ ਜੀ। ਇਹ ਤਿੰਨ ਬੰਦੇ ਆਏ ਹਨ ਜੀ ਸਾਡੇ ਕੋਲ, ਇੱਕ ਰਾਣੀ ਕੌਰ, ਗੁਰਜੀਤ ਤੇ ਗੁਰਪ੍ਰਤਾਪ। ਇਹਨਾਂ ਦਾ ਕਿਤੇ ਇੱਕ ਮਾਸਪੁਰ ਦੇ ਕੋਲ ਅਜੀਤ ਨਗਰ ਬਸਤੀ ਹੈ, ਉੱਥੇ ਆਪਸ 'ਚ ਮੋਟਰਸਾਈਕਲ ਭਿੜੇ ਨੇ। ਸਵੇਰੇ ਸਾਡੇ ਕੋਲ ਆਏ ਸੀ, ਤਿੰਨਾਂ ਦੀਆਂ ਸੱਟਾਂ ਲੱਗੀਆਂ ਹੋਈਆਂ ਸੀ। ਇਹਨਾਂ ਨੂੰ ਫਸਟ ਏਡ ਦੇ ਦਿੱਤੀ ਹੈ, ਐਕਸਰੇ ਬਾਕੀ ਐਕਸਰੇਜ਼ ਵਗੈਰਾ ਹੋਣਗੇ। ਇੱਕ ਨੂੰ ਸਿਟੀ ਸਕੈਨ ਲਈ ਰਫਤਿੰਦਰਾ ਰੈਫਰ ਕਰ ਰਹੇ ਹਾਂ ਅਸੀਂ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।